ਕਿ ਅੱਲਾ ਹੂਰਾ ਆਵਾਜ਼ ਆਵੇ ਇਹ ਕੁੱਲੀ ਨੀ ਫਕੀਰ ਦੀ ਵਿੱਚੋਂ ਕਿ ਅੱਲਾ ਹੂਰਾ ਆਵਾਜ਼ ਆਵੇ ਇਹ ਕੁੱਲੀ ਨੀ ਪਹਿਲੀ ਵਾਰ ਜਿਹੜੀ ਕਹਿੰਦੇ ਡਾਊਨ ਹੋ ਗਈ ਆਪਣੀ ਚਾਰ ਭੈਣਾਂ ਦਾ ਵਿਆਹ ਕੀਤਾ ਚਾਰਾਂ ਭੈਣਾਂ ਨੂੰ ਨਵੇਂ ਮੋਟਰਸਾਈਕਲ ਜਿੱਤ ਕੇ ਦਿੱਤੇ ਮੇਰੇ ਵੀ ਉਹ ਦੇਖ ਲਓ ਵੀ ਮੁੰਡੇ ਦੀ ਕਹਿੰਦੇ ਸਿਫਤ ਹੈ ਬੜੀ ਕਹਿੰਦੇ ਅੱਤ ਦੀ ਗਰੀਬੀ ਜਿਹੜੀ ਮੰਗਣੇ ਘਰੋਂ ਕੁੱਟ ਕੁੱਟ ਬਾਹਰ ਕੱਢੀ ਹੈ ਉੱਪਾ ਖੁਰਦਵਾ ਪਾਲਾ ਭਾਰਿਆ ਪੈਦੀ ਵਾਰ ਤੇ ਮੁੰਡਾ ਅੰਮ੍ਰਿਤਪਾਲ ਸਿੰਘ ਅੰਬਰ ਕਰਦਾ ਟਰਾਈ ਰਜੜੇ ਕਹਿੰਦੇ ਚਾਰ ਦੇ ਮੁੰਡੇ ਨੇ ਵੱਧ ਗਏ ਸਾਰੇ ਉੱਥੇ ਫੁੱਲਾਂ ਤੇ ਕਹਿੰਦੇ ਨੌਜਵਾਨ ਭਰਾ ਜਿਹੜੇ ਪੁੱਜ ਗਏ ਨੇ ਸਾਰਿਆਂ ਨੂੰ ਧੰਨਵਾਦ ਨਾ ਉਹ ਮੁੰਡਾ ਕਹਿੰਦੇ ਫਰੀਦਕੋਟੀ ਹੈ ਕਿ ਮੈਨੂੰ ਸਾਂਝੇ ਨੇ ਮਲੂਕ ਜਾਣੇ ਸਾਂਝ ਖੋਲ ਵੀ ਟਕਾਣਾ ਦੇਵੇ ਇਹ ਨਿੱਤ ਭੁਲੇਖੇ ਪੈਂਦੇ ਨੇ ਜੀ ਸੁੱਖੀ ਦੇ ਕੋਲ ਛੱਡ ਕੇ ਤੁਰ ਗਏ ਉਹ ਜਾਣਾ ਕਿੱਥੇ ਚਾਹੁੰਦੇ ਸੀ ਕਿ ਕੰਨਾਂ ਤੇ ਤਸਵੀਰਾਂ ਬਣ ਗਏ ਜਿਹੜੇ ਹਾਥ ਇੱਕ ਬੁਲਟ ਮੋਟਰਸਾਈਕਲ ਆ ਜਿਹੜਾ ਕਹਿਣ ਚੰਦੂ ਖਿਲਾਰੀ ਹੈ ਬੜੀ ਕਹਿੰਦੇ ਮੁੰਡੇ ਨੇ ਮਿਹਨਤ ਕੀਤੀ ਹੋਈ ਹੈ ਦੇਖਾਂਗੇ ਉੱਧਰਲੇ ਪਾਸੇ ਫਿਲਡਰ ਪਿੱਛੇ ਪਿੱਛੇ ਭੱਜ ਰਿਹਾ ਹਨ ਇੱਕ ਦੋ ਤਿੰਨ ਜਾਂ ਫਿਰ ਚਾਰ ਹੋਰ ਗਏ ਚਾਰ ਸਕੋਰ ਦੇ ਸਾਹਮਣੇ ਕਹਿੰਦੇ ਖਿਲਾੜੀ ਨੇ ਆਪਣੀ ਟੀਮ ਲਈ ਜੋੜ ਦਿੱਤੇ ਹੈ ਬਹੁਤ ਸਾਹਮਣੇ ਕਹਿੰਦੇ ਬਾਲ ਬੋਲੀ ਹੋਰ ਰੇਰ ਗੁਰੂ ਤਿਆਰ ਉਹ ਬੱਲੇ ਬੱਲੇ ਹਰਸ਼ਦੀਪ ਸਿੰਘ ਜਸਕਰਨ ਸਿੰਘ ਜੱਸਾ ਹਰਰੂਪ ਸਿੰਘ ਤਰਨਜੀਤ ਸਿੰਘ ਜੀਤੂ ਔਰ ਨਾਲ ਸਾਡਾ ਵੀਰ ਆ ਕਹਿੰਦੇ ਗੁਰਸਿਦਕ ਸਿੰਘ ਉਹ ਵੀਰਾਂ ਦਾ ਵੀ ਕਹਿੰਦੇ ਧੰਨਵਾਦ ਕੀਤਾ ਜਾ ਰਿਹਾ ਗੱਭਰੂ ਤਿਆਰ ਗੁਰਤਿਆਰ ਹੈ ਸਾਹਮਣੇ ਕਹਿੰਦੇ ਅੰਮ੍ਰਿਤਪਾਲ ਸਿੰਘ ਅੰਬਰ ਹੈ ਕਰਵਾਉਂਦਾ ਬੱਲੇ ਬੱਲੇ ਸਾਹਮਣੇ ਇੱਕ ਵਾਰੀ ਧੁੱਪੇ ਨੀ ਮਾਰੋ ਤਾੜੀ ਸੁਣਾ ਕੇ ਕਰ ਗਿਆ ਹੈ ਨਾਨਕੇਪੁਰ ਦੀ ਟੀਮ ਮੱਲਾਂ ਪਾਉਂਦੀ ਹੈ ਕਹਿੰਦੇ ਕਹਿੰਦੇ ਨਾਲ ਦ੍ਰਿਸ਼ ਜਿੱਤਿਆ ਖੇਤੀ ਦਾ ਉਹ ਬੱਲੇ 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 ਯਾਰ ਮਾਨ ਚਾਰ ਰਨਾਂ ਦੇ ਉੱਪਰ ਲਾ ਗਿਆ ਅਲੀ ਭਮਾ ਰਿਹਾ ਤੂੰ ਵੀ ਕਰਦੇ ਪੁਰਾਤੇ ਸਮਿਆਂ ਤੋਂ ਪੁੱਛੀ ਨਵਿਆਂ ਨੂੰ ਸਾਡੇ ਬਾਰੇ ਕੱਖ ਨੀ ਪਤਾ ਪਰ ਇਹਦੇ ਬਾਰੇ ਬਹੁਤਾ ਕੁਝ ਦੱਸਣ ਦੀ ਲੋੜ ਨੀ ਦੱਸ ਭਮਾ ਵਾਲਿਆ ਕਿਹੜੇ ਪਿੰਡ ਮੁੰਡੇ ਨੂੰ ਸਲਾਹ ਕਰਵਾਇਆ ਤੇਰੇ ਕਮਾਲਾ ਮਾਰੀ ਕਰਵਾਉਂਦਾ ਬੱਲੇ ਬੱਲੇ ਕਰਵਾਉਂਦਾ ਬੱਲੇ ਬੱਲੇ ਖੇਡਾ ਸ਼ਾਟ ਜਿਹੜੇ ਚਾਰ ਦੇ ਮੁੰਡੇ ਭੂਤ ਆਈ ਹੋਈ ਹੈ ਕਾਸ ਦੀ ਭੂਤ ਉੱਧਰ ਸਰਦਾਰ ਰੁਪਿੰਦਰ ਸਿੰਘ ਜੀ ਰਿੰਗੂ ਸਰਕਾਰੀ ਮੈਂਬਰ ਜ਼ਿਲ੍ਹਾ ਹੈ ਸਾਡਾ ਵੀਰ ਅਮਰਿੰਦਰ ਸਿੰਘ ਤੇ ਨਰਿੰਦਰ ਬਿਰਕ ਸਾਡਾ ਵੀਰ ਭਰਾਣ ਗੌਰਮੈਂਟ ਕਾਲਜ ਤੋਂ ਉਹਨਾਂ ਦਾ ਕਈ ਵਿਸ਼ੇਸ਼ ਤੌਰ ਤੇ ਜਿਹੜਾ ਮਾਨ ਸਨਮਾਨ ਕਹਿੰਦੇ ਕਿਹੜੇ ਇੱਕ ਪਿੰਡ ਦਾ ਹੇ ਬੱਲੇ ਬੱਲੇ ਕਰਾਉਣ ਲਈ ਬੱਲੇ 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 ਗੁਰਦੇਵ ਸਿੱਧੂ ਬਾਈ ਹੁਣੀ ਆ ਕੇ ਬਣਿਆ ਹੈ ਤੇ ਲੋਕਾਂ ਨੇ ਇਹ ਅੰਦਾਜ਼ੇ ਲਾ ਲਏ ਸੀਗੇ ਵੀ ਸੱਠ ਜੇਲ ਹੋਏ ਨੇ ਪਰ ਗੁਰੀ ਹੋਣਾ ਨੇ ਮਨੀ ਹੋਣਾ ਨੇ ਸਿਰਾ ਘਰਤਾ ਸੀਗਾ ਖੇਡਿਆ ਸੀ ਮੇਰੇ ਵੀਰੇ ਜੋਤੀ ਗਰਮੀ ਵਾਲਾ ਸੰਜੇ ਪਿਸ਼ਾਵਰ ਜੀ ਤੇ ਵਿਕਾਸ ਪ੍ਰਗਾਤ ਜਿਗਰੀ ਤੋਂ ਸਾਡੇ ਵੀਰ ਵਿਸ਼ੇਸ਼ ਤੌਰ ਤੇ ਬਹੁਤ ਵੱਡੀ ਹਾਜ਼ਰੀ ਭਰ ਰਹੇ ਜੀ ਰੱਖ ਰਹੇ ਆਏ ਨਾਰੇ ਵਾਲੀ ਰੈਂਪਲ ਸਾਡਾ ਵੀਰ ਉਹ ਤਾਂ ਵੀ ਕਹਿੰਦੇ ਲਾਈਵ ਤੱਕ ਰਹੇ ਦੇਖੇ ਨੂੰ ਮਿਲੇ ਨੂੰ ਤੇ ਕਹਿ ਸਕਦੇ ਵੀ ਸਿਰਾ ਘਰਤਾ ਹੋ ਗਿਆ ਆਪਾਂ ਵੀ ਪਿੰਡ ਦੇ ਵਿੱਚ ਹਲੋ ਵੀਰੇ ਸ਼ੱਕਾ ਸੜਕ ਪਾਰ ਆ ਸ਼ੱਕਾ ਸੜਕ ਪਾਰ ਆ ਉਧਰ ਦੇਖ ਵੀਰੇ ਬੇਨਤੀ ਵੀ ਛੋਟਾ ਭੀਮ ਅਭੀ ਸ਼ੱਕਾ ਫੇਰ ਮਾਰ ਗਿਆ ਵੀਰੇ ਲਓ ਸਮੇ ਭੀਮ ਧਰ ਦੇ ਕਦਾ ਹੋਰ ਭੱਲੇ 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 ਪਰ ਹੁਣ ਕਦੇ ਫੜਿਆ ਗਿਆ ਉਧਰਲੇ ਪਾਸੋਂ ਰੇਸ਼ਮ ਸਿੰਘ ਜੀ ਤਹਿਸੀਲਦਾਰ ਸਾਹਿਬ ਜੀ ਜਿੱਤ
ਤਿੰਨ ਵਿਕਟਾਂ ਦਾ ਅੰਤਰ ਕੱਢਦਾ ਹੈ ਤੇ ਕੋਸ਼ਿਕ ਸਾਹਿਬ ਵੱਲੋਂ 51 ਸੇਵ ਹੋਣ ਗਿਆ ਹੈ। ਆਹ ਬਾਲ ਪਹੁੰਚਿਆ ਕਿਵੇਂ ਪਰ ਵੇਖਾਂਗੇ ਸਨ ਇੱਕ ਦੋ ਤਿੰਨ ਜਾਂ ਫਿਰ ਚਾਰ ਦੇ ਵਾਧੇ ਮੈਂ ਵੀ ਧਮਾਵਾ ਕਰੀ ਗੱਲ ਦੀ ਵਿਕਟ ਅਬਦੁਲ ਸੱਤੇ ਦੀ ਜੇ ਸੱਤਾ ਵਿਕਟ ਕੱਢਦਾ 2100 ਮੈਨੂੰ ਲੱਗਦਾ ਮਡੀਸ਼ਾ ਵਾਲਾ ਹੱਥੀ ਫੜਿਆ ਗਿਆ ਤਾਂ ਵਾਧਾ ਹੈ 2100 ਦੀ ਵਿਕਟ ਉਹਨੇ ਪ੍ਰਾਪਤ ਕੀਤੀ ਹੈ। ਪਰ ਦੂਜੇ ਪਾਸੇ ਚੜਿਕ ਵਾਲਾ ਮੌਕੇ ਵਾਲਾ ਵੀ ਰੋਪੜ ਦੀ ਰਫਤ ਨਾਲੀ ਧਾਰਵਾਦ ਰਾਜਾ ਸਿੱਧੂ ਜੀ ਉਹ ਵੀ ਕਦੇ ਆ ਗਏ ਨੇ ਜੀ ਆਉਣ ਵਾਸਤੇ ਆਏ ਸਾਰੇ ਸਰਕਾਰੀ ਚਿਹਰਿਆਂ ਦਾ ਬਹੁਤ ਸਾਹਮਣੇ ਕਦੇ ਛੱਕਾ ਵੱਜ ਗਿਆ ਉਹ ਮੁੰਡਾ ਖੁਰੀ ਆ ਕਦੇ ਇੱਕ ਪਾਸੇ ਮੌਕਾ ਉਹ ਸਾਹਮਣੇ ਪਹਿਲੀ ਵਾਰ ਪਰ ਖੇਡਿਆ ਸ਼ੌਟ ਮੇਰੇ ਪੰਜਾਬੀ ਵੀਰ ਆ ਛੋਟਾ ਭੀਮ ਹੈ ਪਰ ਮੁੰਡਾ ਕਰਦਾ ਟਰਾਈ ਜਿਹੜੇ ਕਹਿੰਦੇ ਇੱਕ ਤੋਂ ਦੋ ਦੇ ਵੱਧ ਮੁੰਡਾ ਦੂਜੇ ਸਕੂਲ ਫਿਰ ਮੁੜ ਕੇ ਮਿਲ ਗਏ ਭੂਤਾ ਕਹਿੰਦੇ ਖੁੱਟ ਗਿਆ ਬੈਂਚ ਕਹਿੰਦਾ ਕਹਿੰਦੇ ਬਿਨਾਂ ਚੁੱਟੇ ਤੋਂ ਕਦੇ ਕਾਲੀ ਕਰਦਾ ਹੈ ਰਾਮ ਛਿੱਟਾ ਕਹਿੰਦੇ ਕੁੱਟ ਨੇ ਪਹਿਲਾ ਮਾਰ ਦਿੱਤਾ ਮੁਰਗੇ ਉੱਧਰ ਵੱਡਾ ਕਹਿੰਦੇ ਜਲਾਦ ਦੀ ਬਾਤ ਹੈ ਤਿਆਰ ਫਿਰ ਤਿਆਰ ਹੈ ਪੇਂਦੀ ਬਾਲ ਬੱਲੇ 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 ਹਾਏ ਹੋ ਮੇਰਾ ਇੱਕ ਮਿੰਟ ਕਿੰਨੇ ਛੱਕੇ ਲਾਉਣ ਤੋਂ ਬਚ ਗਏ ਚਾਵਲਾ ਜੀ ਵੀ ਨਾਲ ਆਏ ਰਾਜਾ ਸਿੱਧੂ ਜੀ ਬੈਠੇ ਨੇ ਉਧਰ ਛਕਾ ਵੱਜ ਗਿਆ ਕਹਿੰਦੇ ਧੂਪਾ ਮੁੰਡਾ ਖੋਲ ਦਿਆ ਬਲਦੇਵ ਸਿੱਧੂ ਜੀ ਸਰਦਾਰ 11,000 ਦੀ ਅਰੇ ਹੈਟ੍ਰਿਕ ਤੇਰੀ 11,000 ਸਾਹਮਣੇ ਪੈਂਦੀ ਪੈਰ ਦੀ ਨੋ ਬਾਲ ਹੋ ਗਈ ਨਗਰ ਦੀ ਟੀਮ ਵੱਲੋਂ 6 ਦਿਨ ਦਾ ਲਗਾਤਾਰ 1.25 ਲੱਖ ਰੁਪਏ ਦੀ ਹੋਰ ਗਈ ਮਿਲ ਗਈ ਉਹ ਤਾੜੀ ਮਾਰੀ ਹੋਰ ਨਾਲ ਯਾਰ ਉਹਨੂੰ ਸਿਰਾ ਕਰਾਉਂਦੇ ਆ ਛੇਵਾਂ ਛੱਕਾ ਮੇਰੇ ਵੀ ਮੁੰਡੇ ਜ਼ਿਆਦਾਤਰ ਰੋਣ ਵੇਲੇ ਖੇਡ ਰਿਹਾ
ਅੱਜ ਦੋ ਵਾਰ ਉਹ ਕੱਪ ਖੇਡ ਰਿਹਾ, ਪਹਿਲਾ ਸੈਮੀ ਫਾਈਨਲ ਚੱਲਦਾ ਹੈ ਲੜਾਈ ਵੀ। ਮੈਂ ਬੇਨਤੀ ਕਰੂੰਗੀ ਉੱਧਰ ਵੀ ਸਟੇਜ ਬਣੀ, ਉੱਧਰ ਬੈਠਣ ਦੀ ਕਿਰਪਾਲਤਾ ਕਰੀਏ, ਮੇਨ ਸਟੇਜ ਬਹੁਤ ਭਰ ਗਈ ਹੈ, ਆਪਾਂ ਉੱਧਰ ਬੈਠਣ ਦੀ ਕਿਰਪਾਲਤਾ ਕਰੀਏ। ਨਾ ਉਹ ਚੌਕਾ ਵੱਜ ਗਿਆ ਹੁਣ, ਜਿੱਤ ਗਈ ਟੀਮ ਬਾਈ ਜਲਾਲ ਦੀਵਾਲ, ਪਹਿਲੀ ਟੀਮ ਬਣ ਗਈ ਜਲਾਲ ਦੀਵਾਲ ਪਿੰਡ ਦੀ, ਜਿਹੜੀ ਟੀਮ ਫਾਈਨਲ ਚ ਪਹੁੰਚ ਗਈ ਹੈ। ਇੱਕ ਵਾਰੀ ਤਾਰੀ ਮਾਰ ਲਓ ਯੂਨ ਦੇ ਨਾਲ।